ਹਾਂਜੀ ਸਟੂਡੈਂਟਸ ਵੈਲਕਮ ਇੱਕ ਹੋਰ ਕਰੰਟ ਅਫੇਅਰ ਦਾ ਟੌਪਿਕ ਆ ਸਾਡੇ ਕੋਲ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭਾਰਤੀ ਨੋਟਾਂ ਦੇ ਰੰਗ ਤੇ ਤਸਵੀਰਾਂ ਬਾਰੇ ਭਾਵੇਂ ਤੁਸੀਂ ਸਾਰੇ ਜਾਣਦੇ ਹੋ ਫਿਰ ਵੀ ਥੋੜੀ ਜੀ ਅਸੀਂ ਡਿਸਕਸ ਕਰ ਲੈਨੇ ਆ ਅੱਜ ਦੇ ਟਾਈਮ ਦੇ ਵਿੱਚ ਜਿਹੜਾ 10 ਰੁਪਏ ਦਾ ਨੋਟ ਆ ਉਸ ਦਾ ਕਲਰ ਕਿਹੜਾ ਹੈ ਚੌਕਲੇਟੀ ਬ੍ਰਾਊਨ ਚੌਕਲੇਟੀ ਭੂਰਾ ਤਸਵੀਰ ਸੂਰਜ ਮੰਦਿਰ ਕੋਨਾਰਕ ਦੀ ਹੈ ਇਹਦੇ ਤੇ ਜਿਹੜਾ 20 ਦਾ ਨੋਟ ਆ ਉਹ ਉਹ ਕਿਹਾ ਜਾਏ ਹਰਾ ਪੀਲਾ ਹਰਾ ਪੀਲਾ ਜਾਂ ਰਾਂਗਾ ਉਸ ਦਾ ਇਹ ਲੋਰਾ ਗੁਫਾਵਾਂ ਦੀ ਤਸਵੀਰ ਇਹਦੇ ਤੇ ਬਣੀ ਹੋਈ ਆ 50 ਦਾ ਨੋਟ 50 ਦਾ ਨੋਟ ਕਿਹੜਾ ਏ ਫਲੋਰੋਸੈਂਟ ਨੀਲਾ ਫਲੋਰੋਸੈਂਟ ਨੀਲਾ ਹੈਂਪੀ ਸਟੋਨ ਚਰੀਓਟ ਬਣਿਆ ਹੋਇਆ ਇਹਦੇ ਤੇ ਹੈਪੀ ਸਟੋਨ ਚਰੀਓਂਟ 100 ਦਾ ਨੋਟ ਲਵੈਂਡਰ ਕਲਰ ਦਾ ਏ ਰਾਣੀ ਕੀ ਵਾਫ 200 ਦਾ ਨੋਟ ਚਮਕਦਾਰ ਪੀਲਾ ਵਾਈਟ ਜੈਲੋ ਇਸ ਇਹਦੇ ਤੇ ਸਾਂਚੀ ਸਤੂਪ ਬਣਿਆ ਹੋਇਆ ਏ 500 ਦਾ ਨੋਟ ਕਿਸ ਤਰ੍ਹਾਂ ਦਾ ਏ ਸਟੋਨ ਸਲੇਟੀ ਸਟੋਨ ਗ੍ਰੇ ਲਾਲ ਕਿਲੇ ਦੀ ਤਸਵੀਰ ਬਣੀ ਹੋਈ ਏ ਇਹਦੇ ਤੇ ਤੇ ਜਿਹੜਾ 2000 ਦਾ ਨੋਟ ਆ ਉਹ ਮਜੈਂਟਾ ਕਲਰ ਦਾ ਏ ਇਹ ਤੇ ਮੰਗਲ ਯਾਨ ਬਣਿਆ ਹੋਇਆ ਏ। ਧਿਆਨ ਨਾਲ ਦੇਖਿਓ ਨੋਟਾਂ ਨੂੰ। ਤਾਂ ਧਿਆਨ ਨਾਲ ਦੇਖ ਕੇ ਤੁਸੀਂ ਇਹ ਕਨਸੈਪਟ ਆ ਜਿਹੜਾ ਇਹ ਕਲੀਅਰ ਹੋ ਜਾਂਦਾ ਏ ਸਹੀ ਢੰਗ ਨਾਲ। ਹੁਣ ਅਸੀਂ ਗੱਲ ਕਰੀਏ ਜੇ ਰੱਖਿਆ ਉਪਕਰਨਾਂ ਦੀ। ਕਿਹੜਾ ਉਪਕਰਨ ਕਿੱਥੇ ਵਿਕਸਿਤ ਕੀਤਾ ਗਿਆ ਏ। ਇਹਦੇ ਬਾਰੇ ਥੋੜਾ ਜਿਹਾ ਅਸੀਂ ਨੌਲੇਜ ਲੈਨੇ ਆ। ਹੈਲਿਨਾ ਜਿਹੜਾ ਯੰਤਰ ਆ ਹੈਲੀਨਾ ਇਹ ਭਾਰਤ ਦੁਆਰਾ ਵਿਕਸਿਤ ਐਂਟੀ ਟੈਂਕ ਮਿਜ਼ਾਈਲ ਆ ਐਂਟੀ ਟੈਂਕ ਮਿਜ਼ਾਈਲ ਆ ਰੱਖਿਆ ਉਪਕਰਨ ਆ ਇਹ ਚਿਨੂਕ ਅਮਰੀਕੀ ਕੰਪਨੀ ਬੋਇੰਗ ਦੁਆਰਾ ਵਿਕਸਿਤ ਕੀਤਾ ਗਿਆ ਹੈਲੀਕਾਪਟਰ ਆ ਚਿਨੂਕ ਧਿਆਨ ਨਾਲ ਇਹ ਤੁਸੀਂ ਟਾਪਿਕ ਦੇਖਣਾ ਹੈ ਵਾਰਕ 8 ਵਾਰਕ 8 ये की है डी आर इजराइल द्वारा विकसित सरफेस टू एयर मिजाइल सरफेस टू एयर मिजाइल है आई एन वेला आई वेला ਇਹ ਕੀ ਆ ਇਹ ਫਰਾਸ ਦੁਆਰਾ ਵਿਕਸਿਤ ਸਕਾਰਪੀਨ ਪੰਡੂ ਵੀ ਹੈ ਰਾਫੇਲ ਰਾਫੇਲ ਫਰਾਸ ਦੁਆਰਾ ਵਿਕਸਿਤ ਕੀਤਾ ਗਿਆ ਲੜਾਕੂ ਜਹਾਜ਼ਾ ਰਾਫੇਲ S400 ਇਹ ਕੀ ਆ ਰੂਸ ਦੁਆਰਾ ਵਿਕਸਿਤ ਕੀਤਾ ਹਵਾਈ ਰੱਖਿਆ ਸਿਸਟਮ ਹੈ ਇਹ S400 ਪਿਨਾਕਾ S400 ਭਾਰਤ ਦੁਆਰਾ ਵਿਕਸਿਤ ਕੀਤਾ ਗਿਆ ਰਾਕਟ ਹੈ IANS ਕਲਵਰੀ ਇਹ ਕੀ ਹੈ IANS ਕਲਵਰੀ ਇਹ ਸਕਾਰਪੀਨ ਪਾਂਡੂ ਵੀ ਹੈ ਜੋ ਸਵਦੇਸ਼ੀ ਤੌਰ ਤੇ ਬਣਾਈ ਗਈ ਹੈ ਅਪਾਚੇ ਅਪਾਚੇ ਜਿਹੜਾ ਹੈ ਅਮਰੀਕਾ ਦੁਆਰਾ ਵਿਕਸਿਤ ਕੀਤਾ ਗਿਆ ਲੜਾਕੂ ਜਹਾਜ਼ ਹੈ ਅਪਾਚੇ ਅੱਗੇ ਹੈਗਾ ਭਾਰਤ ਦੇ ਗੁਵਾਂਡੀ ਦੇਸ਼ਾਂ ਦੀ ਸੈਨਾ ਦੇ ਅਭਿਆਸ ਅਭਿਆਸ ਕਿਹੜਾ ਹੈ ਹੈਂਡ ਇਨ ਹੈਂਡ ਸੈਨਾ ਕਿਹੜੀ ਹੁੰਦੀ ਹੈ ਇਹਦੇ ਵਿੱਚ ਮਿਲਟਰੀ ਭਾਰਤ ਦੇ ਨਾਲ ਭਾਗੀਦਾਰੀ ਕਿਹੜੇ ਦੇਸ਼ ਦੀ ਹੁੰਦੀ ਹੈ ਚੀਨ ਦੀ ਮਿੱਤਰ ਸਾਖੀ ਮਿੱਤਰ ਸ਼ਕਤੀ ਇਹਦੇ ਵਿੱਚ ਫੌਜ ਹੁੰਦੀ ਹੈ ਸ਼੍ਰੀਲੰਕਾ ਨਾਲ ਜਿਹੜੀ ਹੈ ਇਸ ਦੀ ਭਾਰਤ ਦੀ ਭਾਗੀਦਾਰੀ ਆ ਸਾਈਨ ਐਕਸ ਲਾਈਨ ਐਕਸ ਜਿਹੜਾ ਉਹ ਜਲ ਸੈਨਾ ਦਾ ਅਭਿਆਸ ਆ ਸ਼੍ਰੀਲੰਕਾ ਦੇ ਨਾਲ ਸੂਰਜ কিরਣ ਇਹ ਫੌਜ ਦਾ ਅਭਿਆਸ ਨੇਪਾਲ ਦੇ ਨਾਲ ਬੰਗੋ ਸਾਗਰ ਇਹ ਜਲ ਸੈਨਾ ਦਾ ਅਭਿਆਸ ਆ ਬੰਗਲਾਦੇਸ਼ ਦੇ ਨਾਲ ਸੈਨਾ ਦੇ ਅਭਿਆਸ ਨੇ ਇਹ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਹੁਣ ਅੱਗੇ ਗੱਲ ਕਰੀਏ ਭਾਰਤ ਮੱਧ ਏਸ਼ੀਆ ਦੀ ਸੈਨਾ ਦੇ ਅਭਿਆਸ ਥੋੜੀ ਥੋੜੀ ਇਹ ਨੌਲੇਜ ਆ ਜਿਹੜੀ ਤੁਹਾਨੂੰ ਚਾਹੀਦੀ ਆ ਅਭਿਆਸ ਹੈਗਾ ਪ੍ਰੋਬਲ ਦਸਤਿਕ ਸੈਨਾ ਕਿਹੜੀ ਆ ਫੌਜ ਕਜ਼ਾਕਿਸਤਾਨ ਨਾਲ ਭਾਰਤ ਦੀ ਪਾਕੀਦਾਰੀ ਆ ਖਾਂਜਰ ਸਪੈਸ਼ਲ ਫੋਰਸ ਕਿਰਗਿਸਤਾਨ ਨਾਲ ਦਸਤਲਿਕ ਫੌਜ ਉਜ਼ਬੇਕਿਸਤਾਨ ਨਾਲ ਭਾਰਤ-ਏਸ਼ੀਆ ਦੇ ਬੱਚੇ ਦੇਸ਼ ਦੀ ਸੈਨਾ ਦੇ ਅਭਿਆਸ ਬੱਚੇ ਹੋਏ ਦੇਸ਼ ਨੇ ਜਿਹੜੇ ਭਾਰਤ-ਏਸ਼ੀਆ ਦੇ ਵਿੱਚ ਉਹਨਾਂ ਦੇ ਨਾਲ ਭਾਰਤ ਦੀ ਕੀ ਭਾਗੀਦਾਰੀ ਆ ਕਿਹੜੇ ਅਭਿਆਸ ਦੇ ਵਿੱਚ ਨਮਡਿਕ এলিਫੈਂਟ ਦੇ ਵਿੱਚ ਮਿਲਟਰੀ ਸੈਨਾ ਮੰਗੋਲੀਆ ਨਾਲ ਭਾਗੀਦਾਰੀ ਸਿਮਬੈਕਸ ਜਲ ਸੈਨਾ ਦੀ ਅਭਿਆਸ ਆ ਇਹ ਸਿੰਗਾਪੁਰ ਨਾਲ ਭਾਗੀਦਾਰੀ ਆ ਭਾਰਤ ਦੀ ਮੈਟਰੀ ਮਿਲਟਰੀ ਦਾ ਅਭਿਆਸ ਆ థਾਈਲੈਂਡ ਨਾਲ ਭਾਗੀਦਾਰੀ ਕਾਰਪਰਟ ਜਲ ਸੈਨਾ ਦਾ ਅਭਿਆਸ ਆ థਾਈਲੈਂਡ ਨਾਲ ਭਾਗੀਦਾਰੀ ਐਕਸ ਇਕੁਏਰੀਅਨ ਮਿਲਟਰੀ ਦਾ ਅਭਿਆਸ ਆ ਮਾਲਦੀਵ ਨਾਲ ਭਾਗੀਦਾਰੀ ਸਹਿਯੋਗ ਕੈਜਨ ਤੱਟ ਰਖਿਅਕ ਜਪਾਨ ਨਾਲ ਭਾਗੀਦਾਰੀ ਆ ਜੀਮੈਕਸ ਜਲ ਸੈਨਾ ਦਾ ਅਭਿਆਸ ਆ ਹੀ ਜਪਾਨ ਨਾਲ ਭਾਗੀਦਾਰੀ ਆ ਪਾਸੈਕਸ ਜਲ ਸੈਨਾ ਦਾ ਅਭਿਆਸ ਆ ਇੰਡੋਨੇਸ਼ੀਆ ਨਾਲ ਭਾਗੀਦਾਰੀ ਆ ਭਾਰਤ ਦੀ ਪੈਸੈਕਸ ਜਲ ਸੈਨਾ ਦਾ ਅਭਿਆਸ ਆ ਬਹਿਰੀਨ ਨਾਲ ਭਾਰਤ ਦੀ ਭਾਗੀਦਾਰੀ ਆ